ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡੀ ਆਪਣੀ ਸਿਮਰਨ ਸਹਿਜਪਾਲ। ਦੋਸਤੋ, ਹੁਣੇ ਹੁਣੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਇੱਕ ਬੁੜਾ, ਕਿਉਂਕਿ ਉਹ ਬਜ਼ੁਰਗ ਕਹਾਉਣ ਦੇ ਲਾਇਕ ਨਹੀਂ ਇਸ ਕਰਕੇ ਮੈਂ ਇਹ ਲਫ਼ਜ਼ ਯੂਜ਼ ਕਰ ਰਹੀ ਹਾਂ, ਉਹਨੇ ਹਰਸਿਮਰਤ ਕੌਰ ਬਾਦਲ ਲਈ ਬਹੁਤ ਹੀ ਘਟੀਆ ਲਫ਼ਜ਼ ਅਤੇ ਬਹੁਤ ਹੀ ਵਾਹੀਅਤ ਹਰਕਤਾਂ ਜਿਹੜੀਆਂ ਨੇ ਉਹ ਕਰਕੇ ਵੀਡੀਓ ਆਪਣੀ ਜਿਹੜੀ ਸੋਸ਼ਲ ਮੀਡੀਆ 'ਤੇ ਪਾਈ ਹੈ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਇਹੋ ਜਿਹੇ ਲੋਕ ਜਿਹੜੇ ਨੇ ਇਹ ਸਮਾਜ ਦੇ ਵਿੱਚ ਰਹਿਣ ਦੇ ਲਾਇਕ ਨਹੀਂ ਹੈਗੇ, ਜਿਨ੍ਹਾਂ ਨੂੰ ਔਰਤ ਦੀ ਇੱਜ਼ਤ ਕਰਨ ਦਾ ਨਹੀਂ ਪਤਾ, ਔਰਤ ਦੀ ਇੱਕ ਅਹਿਮੀਅਤ ਦਾ ਨਹੀਂ ਪਤਾ ਕਿ ਉਹ ਜਿਹੜੀ ਤੁਹਾਨੂੰ ਜਨਮ ਦਿੰਦੀ ਹੈ, ਜਿਹੜੀ ਤੁਹਾਨੂੰ ਸਮਾਜ ਵਿੱਚ ਲਿਆ ਕੇ ਇੱਕ ਇੱਕ ਰੁਤਬਾ ਦਿੰਦੀ ਹੈ, ਹੈ ਨਾ, ਤੁਸੀਂ ਉਸੇ ਔਰਤ ਲਈ ਕੀ ਕਿੱਦਾਂ ਕਿੱਦਾਂ ਦੇ ਲਫ਼ਜ਼ ਯੂਜ਼ ਕਰਦੇ ਹੋ, ਕਿੱਦਾਂ ਕਿੱਦਾਂ ਦੀਆਂ ਵਾਹੀਅਤ ਹਰਕਤਾਂ ਕਰਕੇ ਤੁਸੀਂ ਸੋਸ਼ਲ ਮੀਡੀਆ 'ਤੇ ਸੁੱਟਦੇ ਹੋ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਤੁਹਾਡੇ ਘਰਾਂ ਦੇ ਵਿੱਚ ਧੀਆਂ ਭੈਣਾਂ ਹੈ ਨਹੀਂ? ਇਹੋ ਜਿਹੇ ਲੋਕਾਂ ਨੂੰ ਲੱਭ ਕੇ ਇਹਨਾਂ ਦਾ ਖਾਤਮਾ ਕੀਤਾ ਜਾਵੇ, ਇਹਨਾਂ ਨੂੰ ਸ਼ਰੇਆਮ ਚੌਂਕ ਦੇ ਵਿੱਚ ਨੰਗਾ ਕਰਕੇ ਇਹਨਾਂ ਦਾ ਜਲੂਸ ਕੱਢਿਆ ਜਾਵੇ, ਇਹਨਾਂ ਨੂੰ ਜਿਹੜੀ ਬਾਹਲੀ ਅੱਗ ਲੱਗੀ ਹੈ ਨਾ, ਇਹਨਾਂ ਦੀ ਉਹ ਅੱਗ ਮਿਟਾਈ ਜਾਵੇ, ਇਹਨਾਂ 'ਤੇ ਛੱਡੇ ਜਾਣ। ਜਿਵੇਂ ਕਿ ਦਿਖਾਇਆ ਸੀ ਨਾ, ਇੱਕ ਵੀਡੀਓ ਮੈਂ ਦੇਖੀ ਸੀਗੀ, ਉਹਦੇ ਵਿੱਚ ਚੂਹੇ ਛੱਡੇ ਸੀ, ਹੈ ਨਾ, ਇਹ ਇਹੋ ਜਿਹੇ ਲੋਕ ਨੇ, ਇਹਨਾਂ ਨੂੰ ਨੋਚ ਨੋਚ ਕੇ ਖਾ ਲੈਣ ਇਹਨਾਂ ਨੂੰ, ਜਿਹੜੇ ਇਹਨਾਂ ਦੇ ਬਾਹਲੀ ਅੱਗ ਲੱਗੀ ਹੋਈ ਹੈ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਲੋਕਾਂ ਨੂੰ ਵੀ, ਹਾਂ ਵੀ ਕੀ ਅਸੀਂ ਇੱਕ ਪਾਸੇ ਤਾਂ ਔਰਤਾਂ ਨੂੰ ਕਹਿੰਦੇ ਹਾਂ ਕਿ ਅਸੀਂ ਤੁਹਾਡੀ ਇੱਜ਼ਤ ਬਹੁਤ ਕਰਦੇ ਹਾਂ, ਦੂਜੇ ਪਾਸੇ ਇਹੋ ਜਿਹੀਆਂ ਵੀਡੀਓ ਪਾ ਕੇ ਤੁਸੀਂ ਦਿਖਾਉਣਾ ਕੀ ਚਾਹੁੰਦੇ ਹੋ? ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਨੂੰ, ਇਹੋ ਜਿਹੇ ਘਟੀਆ ਲੋਕ ਜਿਹੜੇ ਸਮਾਜ ਦੇ ਵਿੱਚ ਰਹਿੰਦੇ ਨੇ ਨਾ, ਇਹਨਾਂ ਨੂੰ ਗੋਲੀਆਂ ਮਾਰ ਮਾਰ ਕੇ ਇਹਨਾਂ ਦਾ ਖਾਤਮਾ ਕਰ ਦੇਣਾ ਚਾਹੀਦਾ ਆ, ਕਿਉਂਕਿ ਜੇ ਅਸੀਂ ਆਪਣੀ ਸਰਕਾਰਾਂ ਕੋਲ ਰੱਖੀਏ, ਕੋਈ ਉਮੀਦਾਂ ਨਹੀਂ ਹੈਗੀਆਂ ਸਾਨੂੰ ਉਹਨਾਂ ਦੇ ਕੋਲੋਂ, ਕੁਛ ਨਹੀਂ ਕਰ ਸਕਦੇ ਉਹ। ਪਿੱਛੇ ਜੇ ਇੱਕ ਵੀਡੀਓ ਹੋਰ ਦੇਖੀ ਸੀ ਮੈਂ, ਜਿਹਦੇ ਵਿੱਚ ਇੱਕ ਸਹੁਰਾ ਆਪਣੀ ਨੂੰਹ ਨੂੰ ਕਹਿ ਰਿਹਾ ਕਿ ਮੈਂ ਤਾਂ ਤੇਰੇ 'ਤੇ ਬੜੀ ਦੇਰ ਦੀ ਅੱਖ ਰੱਖੀ ਬੈਠਾ ਸੀ, ਮੈਂ ਤਾਂ ਤੇਰੇ 'ਤੇ ਬੜਾ, ਤੇਰਾ ਸਰੀਰ ਬਹੁਤ ਸੋਹਣਾ ਆ, ਤੇਰਾ ਤਾਂ ਫਲਾਣਾ ਬਹੁਤ ਸੋਹਣਾ, ਇੱਕ ਵਾਰੀ ਮੈਨੂੰ ਜੱਫੀ ਪਾ ਲਾ। ਇਹੋ ਜਿਹੇ ਬੁੜਿਆਂ ਨੂੰ ਨਾ, ਇਹੋ ਜਿਹੇ ਜਿਹੜੇ ਜਿਹੜੇ ਇੱਜ਼ਤ ਦੇ ਕਾਬਿਲ ਨਹੀਂ ਹੈਗੇ, ਇਹਨਾਂ ਨੂੰ ਖਤਮ ਕਰ ਦਿਉ, ਕਿਉਂਕਿ ਇਹ ਜਿਹੜੀ ਹੈਗੀ ਇਹ ਪੂਰੀ ਜਨਰੇਸ਼ਨ ਨੂੰ ਖਰਾਬ ਕਰਨਗੇ। ਇਹੋ ਜਿਹੀ ਇਹਨਾਂ ਦੀ ਗੰਦੀ ਸੋਚ ਹੈ, ਇਹੋ ਜਿਹੀ ਘਟੀਆ ਸੋਚ ਹੈ, ਇਹਨਾਂ ਨੂੰ ਖੜੇ ਕਰਕੇ ਅੱਜ ਕੱਲ੍ਹ ਦੀ ਜਨਰੇਸ਼ਨ ਜਿਹੜੀ ਹੈਗੀ ਨਾ, ਉਹ 'ਚ ਜਵਾਨਾਂ ਨੂੰ ਐਡੀ ਅੱਗ ਨਹੀਂ ਲੱਗੀ ਜਿੰਨੀ ਬੁੜਿਆਂ ਨੂੰ ਲੱਗੀ ਹੋਈ ਹੈ। ਇਹਨਾਂ ਦੀ ਅੱਗ ਬੁਝਾਉਣ ਲਈ ਨਾ, ਇਹਨਾਂ ਦੀ ਅੱਗ ਬੁਝਾਉਣ ਲਈ ਇਹਨਾਂ ਨੂੰ ਖਾਤਮਾ ਕਰੋ, ਇਹਨਾਂ ਦੇ ਖਾਤਮਾ ਕਰ ਦਿਓ, ਇਹਨਾਂ ਦੇ ਇਹ ਰਹਿਣ ਦੇ ਸਮਾਜ ਦੇ ਲਾਇਕ ਨਹੀਂ ਹੈਗੇ। ਬੁੜੇ ਚਿੱਟੀਆਂ ਦਾੜੀਆਂ ਲੈ ਕੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹੋ ਜਿਹੀ ਗੱਲ ਕਰਦਿਆਂ ਨੂੰ? ਨੂੰਹਾਂ ਧੀਆਂ ਦੇ ਇੱਕ ਪਿਓ ਧੀ ਦਾ ਰਿਸ਼ਤਾ ਜਿਹੜਾ ਆਪਣੇ ਪੁੱਤ ਦਾ ਸਕਾ ਨਹੀਂ ਹੋ ਸਕਿਆ, ਉਹ ਕਿਸੇ ਦਾ ਸਕਾ ਕੀ ਹੋਊਗਾ? ਅੱਗ ਲੱਗਦੀ ਅੰਦਰੋਂ ਦੇਖ ਕੇ ਵੀ ਜੀ ਕਰਦਾ ਇਹਨਾਂ ਨੂੰ ਗੋਲੀ ਮਾਰ ਦੇਵਾਂ ਖੜੇ ਕਰਕੇ, ਸਾਰਿਆਂ ਨੂੰ ਇਕੱਠੇ ਕਰਕੇ। ਇਹੋ ਜਿਹੇ ਲੋਕ ਨੇ, ਇਹੋ ਜਿਹੇ ਗੰਦੇ ਲੋਕ ਨੇ ਇਸ ਸਮਾਜ ਦੇ ਵਿੱਚ, ਜਿਹਨਾਂ ਨੂੰ ਔਰਤ ਦੇ ਵਿੱਚ ਸਿਰਫ ਤੇ ਸਿਰਫ ਸਿਰਫ ਹੈਵਾਨੀਅਤ ਨਜ਼ਰ ਆਉਂਦੀ ਆ ਉਹਨਾਂ ਨੂੰ। ਇੰਨਾ ਗੰਦ ਭਰਿਆ ਨਾ ਲੋਕਾਂ ਦੇ ਦਿਮਾਗਾਂ ਦੇ ਵਿੱਚ, ਇੰਨਾ ਗੰਦ ਭਰਿਆ ਹੋਇਆ ਕਿ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਹਾਂ ਵੀ ਅਸੀਂ ਕਰ ਕੀ ਰਹੇ ਹਾਂ। ਵਾਹਿਆਤ ਲੋਕ, ਸ਼ਰਮ ਆਉਂਦੀ ਇਹੋ ਜਿਹੇ ਸਮਾਜ ਦੇ ਵਿੱਚ ਰਹਿੰਦਿਆਂ ਨੂੰ ਸਾਨੂੰ, ਵੀ ਅਸੀਂ ਇਹੋ ਜਿਹੇ ਸਮਾਜ ਦੇ ਵਿੱਚ ਰਹਿ ਰਹੀਆਂ। ਇਹਨੂੰ ਜਿੱਥੇ ਵੀ ਲੱਭਦਾ ਨਾ, ਇਹਨੂੰ ਲੈ ਕੇ ਆਓ ਇੱਥੇ ਸਾਡੇ ਕੋਲ, ਅਸੀਂ ਇਹਨੂੰ ਦੱਸੀਏ ਵੀ ਕਿਵੇਂ ਤੈਨੂੰ ਅਸੀਂ ਚਟਾਉਂਦੇ ਹਾਂ, ਤੈਨੂੰ ਜਿਹੜੀ ਤੂੰ ਚੱਟਣਾ ਚਾਹੁੰਦਾ ਨਾ, ਇਹਨੂੰ ਲੈ ਕੇ ਆਓ ਇੱਥੇ ਜਰਾ ਸਾਡੇ ਕੋਲ, ਇਹਨੂੰ ਮੈਂ ਦੱਸਦੀ ਹਾਂ ਵੀ ਕਿਵੇਂ ਆ, ਨਹੀਂ ਤਾਂ ਕਿਵੇਂ ਕਿਸੇ ਲਈ ਕੀ ਲਫ਼ਜ਼ ਬੋਲੀਦੇ ਆ, ਕਿੱਦਾਂ ਕਿਸੇ ਲਈ ਕੀ ਇਹੋ ਜਿਹੇ ਘਟੀਆ ਕਰੀਦੇ ਆ। ਗੱਲ ਹਰਸਿਮਰਤ ਕੌਰ ਬਾਦਲ ਦੀ ਨਹੀਂ ਹੈਗੀ, ਇਹ ਪੂਰੀ ਔਰਤ ਜਾਤੀ ਨੂੰ ਇੱਕ ਕਹਿ ਲਓ ਕਿ ਇਹ ਇੱਕ ਬਹੁਤ ਹੀ ਘਟੀਆ ਔਰ ਸ਼ਰਮਨਾਕ ਗੱਲ ਆ ਸਾਡੇ ਸਾਰਿਆਂ ਲਈ।